ਆਪਣਾ ਮੇਜ਼ਬਾਨ ਤਨਵੀਰ ਖਾਨ ਕਾਵਿਸ਼ ਤੁਹਾਡੀ ਖਿਦਮਤ ਹਾਜ਼ਰ ਹੈ। ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਆਪਣਾ ਮੁੰਡੀਕਲ। ਅੱਜ ਜਿਸ ਤਰ੍ਹਾਂ ਕਿ ਦੋਸਤਾਂ ਨੂੰ ਪਤਾ ਕਿ ਤੁਸੀਂ ਸਾਡਾ ਇਸ ਤੋਂ ਪਹਿਲੇ ਵਲਾਗ ਦੇਖਿਆ ਕਿ ਅਸੀਂ ਕਿਲ੍ਹਾ ਅਹਿਮਦਾਬਾਦ ਆਏ ਸੀ NGL ਗੈਸ ਦੀ ਮਾਰਕੀਟਿੰਗ ਕਰਨ, ਅਤੇ ਮੈਂ ਕਿਉਂ ਨਾ ਮਾਰਕੀਟਿੰਗ ਦੇ ਨਾਲ ਨਾਲ ਤੁਹਾਨੂੰ ਕਿਲ੍ਹਾ ਅਹਿਮਦਾਬਾਦ ਦੀ ਥੋੜ੍ਹੀ ਜਿਹੀ ਸੈਰ ਕਰਵਾਈ ਜਾਏ, ਥੋੜ੍ਹਾ ਜਿਹਾ ਵਿਜ਼ਿਟ ਕਰਵਾਇਆ ਜਾਏ। ਅਤੇ ਕਿਲ੍ਹਾ ਅਹਿਮਦਾਬਾਦ ਅਸੀਂ ਜੀ ਆਪਣੇ ਵਲਾਗ ਸ਼ੁਰੂ ਕਰ ਰਹੇ ਹਾਂ ਚਿਲਡਰਨ ਪਾਰਕ ਤੋਂ। ਕਿਲ੍ਹਾ ਅਹਿਮਦਾਬਾਦ ਦੀ ਚਿਲਡਰਨ ਪਾਰਕ ਆ, ਇੱਥੇ ਸਾਡੇ ਵਸੀਮ ਭਾਈ ਹੁੰਦੇ ਨੇ ਮੋਟਰ ਆਪਰੇਟਰ ਨੇ, ਮੈਂ ਨਾਲ ਇਹਨਾਂ ਨਾਲ ਥੋੜ੍ਹਾ ਜਿਹਾ ਪਾਰਕ ਦਾ ਤੁਹਾਨੂੰ ਵਿਊ ਦਿਖਾਉਂਦੇ ਹਾਂ। ਜੀ ਜੀ ਪਹਿਲੇ ਵੀ ਅਸੀਂ ਵਲਾਗ ਬਣਾਏ ਸੀ ਵਸੀਮ ਭਾਈ ਨਾਲ, ਲੇਕਿਨ ਉਸ ਟਾਈਮ ਆਪਣੇ ਮੈਰੀ ਗੋਲਡ ਨਹੀਂ ਸੀ ਇੰਨਾ ਹੈਗਾ, ਹੈ ਤਾਂ ਹੁਣ ਮੈਰੀ ਗੋਲਡ ਵੀ ਪੌਦੇ ਵਗੈਰਾ ਮਾਸ਼ਾਅੱਲਾ ਬਹੁਤ ਜ਼ਬਰਦਸਤ ਬਣਾਈ ਹੈ ਯਾਰ। ਭਾਈ ਜੀ ਇੱਥੇ ਤਾਂ ਕਾਫੀ ਰਸ਼ ਰਿਹਾ ਹੋਣਾ, ਲੇਕਿਨ ਇਸ ਟਾਈਮ ਹੁਣ ਧੁੱਪ ਹੈ ਨਾ, ਧੁੱਪ ਦੀ ਵਜ੍ਹਾ ਤਾਂ ਕਿਸ ਟਾਈਮ ਜ਼ਿਆਦਾ ਲੋਕ ਆਉਂਦੇ ਨੇ, ਸੁਬਹ ਸੁਬਹ ਸ਼ਾਮ, ਸੁਬਹ ਜਾਂ ਸ਼ਾਮ ਨੂੰ? ਸ਼ਾਮ ਨੂੰ ਜ਼ਿਆਦਾ ਆਣਗੇ, ਵੈਸੇ ਸੁਬਹ ਸੈਰ ਕਰਨ ਵਾਲੀ ਜਾਂ ਵਾਕ ਕਰਨ ਵਾਲੇ, ਵਾਕ ਕਰਨ ਵਾਲੇ ਆਉਂਦੇ ਨੇ। ਇਹ ਸੀੜੀਆਂ ਨੇ? ਹਾਂਜੀ ਇਹ ਉਹ ਵੀ ਫਲੈਟ ਬਣਾਈ ਦੀ, ਸਲੈਟ ਬਣਾਈ ਦੀ ਬੱਚਿਆਂ ਵਾਸਤੇ, ਉਹ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕੀਸੀਆਂ ਕਰਨੀਆਂ। ਠੀਕ ਹੋ ਗਿਆ ਜੀ, ਬਹੁਤ ਜ਼ਬਰਦਸਤ ਪਾਰਕ ਹੈ ਜੀ, ਇਹ ਛੋਟੀ ਪਾਰਕ ਹੈ ਲੇਕਿਨ ਕਿਲ੍ਹਾ ਅਹਿਮਦਾਬਾਦ ਦੀ ਮੇਰਾ ਖਿਆਲ ਇਕੱਲੀ ਇਹੀ ਪਾਰਕ ਹੈ ਕਿਲ੍ਹਾ ਅਹਿਮਦਾਬਾਦ। ਸਫਾਈ ਵਾਕਈ ਸਫਾਈ ਸੁਥਰਾਈ ਬਹੁਤ ਜ਼ਿਆਦਾ। ਪਿਛਲੀ ਦਫਾ ਅਸੀਂ ਲਾਸਟ ਟਾਈਮ ਪਿਛਲੀ ਦਫਾ ਦੇਖੀ ਸੀ ਜੀ, ਉਦੋਂ ਘੈਸਣਾ ਦੀ ਸੀ, ਉਦੋਂ ਉੱਥੇ ਮੱਝਾਂ ਡੰਗਰ ਜੀ ਜੀ ਬਿਲਕੁਲ ਆਪਣੇ ਨਾ ਬੱਕਰੀਆਂ ਬੁਕਰੀਆਂ, ਲੇਕਿਨ ਹੁਣ ਬਹੁਤ ਸੇਫਟੀ ਆ, ਬੜੀ ਪਿਆਰੀ ਪਾਰਕ ਬਣ ਗਈ ਹੈ ਜੀ। ਤੇ ਵਸੀਮ ਭਾਈ ਇਹ ਆਪਣੇ ਸਾਰਾ ਖਿਆਲ ਤੁਸੀਂ ਹੀ ਰੱਖਣਾ ਹੁੰਦਾ? ਨਹੀਂ ਬੰਦਾ ਵੀ ਅੱਗੇ ਰੱਖਿਆ, ਮਾਲੀ ਵੀ ਹੈ। ਅੱਛਾ ਮਾਲੀ ਵੀ ਹੈ, ਤੁਸੀਂ ਮੋਟਰ ਆਪਰੇਟਰ ਹੋ, ਦੂਸਰੇ ਝੂਲੇ ਵਗੈਰਾ ਵੀ ਛੋਟੇ ਮੋਟੇ ਲੱਗੇ ਨੇ ਕੋਈ? ਝੂਲੇ ਆ ਜਿਮ ਲੱਗੀ ਦੀ ਹੈ। ਅੱਛਾ ਨਾ ਬੱਚੇ ਐਕਸਰਸਾਈਜ਼ ਕਰਨ ਵਾਸਤੇ? ਅੱਛਾ ਬੱਚਿਆਂ ਵਾਸਤੇ, ਵਸੀਮ ਭਾਈ ਦੱਸਦੇ ਪੈਣੇ ਜੀ ਇਸ ਸਾਈਡ 'ਤੇ ਬੱਚਿਆਂ ਵਾਸਤੇ ਨਾ ਐਕਸਰਸਾਈਜ਼ ਕਰਨ ਵਾਸਤੇ ਜਿਮ ਬਣਾਇਆ ਹੈ। ਜ਼ਬਰਦਸਤ ਯਾਰ, ਬੱਚੇ ਐਕਟਿਵ ਰਹਿੰਦੇ ਨੇ ਜ਼ਰਾ, ਹੈ ਬਹੁਤ ਅੱਛੀ ਗੱਲ ਹੈ ਜੀ, ਬਹੁਤ ਅੱਛੀ ਹੈ। ਪਾਰਕ ਦੇ ਮਾਲੀ ਨੇ ਜੀ ਇਹ ਸੁੱਤੇ ਹੋਏ ਨੇ, ਤੇ ਅਸੀਂ ਆਏ ਸੀ ਕਿ ਬੰਦੇ ਡਿਊਟੀ ਵੀ ਟਾਈਮ ਨਾਲ ਦਿੰਦੇ ਨੇ ਕਿ ਨਹੀਂ ਦਿੰਦੇ? ਮਾਲੀ ਸਾਡੇ ਸੁੱਤੇ ਦੇ ਨੇ, ਚੌਵੀ ਘੰਟੇ ਮਾਲੀ ਇੱਥੇ ਨੇ ਜੀ, ਉਹ ਕਹਿੰਦੇ ਨੇ ਜੀ ਅਸੀਂ ਸੁੱਤੇ ਤਾਂ ਨਹੀਂ, ਅਸੀਂ 24 ਘੰਟੇ ਇੱਥੇ ਡਿਊਟੀ ਦੇ ਰਹੇ ਹਾਂ, ਵੈਸੇ ਲੇਟੇ ਦੇ ਸੀ। ਸੁਣਾਓ ਵੀਰ ਜੀ ਕੀ ਹਾਲ ਆ ਤੁਹਾਡਾ? ਕੀ ਨਾਮ ਆਪਣਾ? ਤਾਰਕ। ਤਾਰਕ ਤਾਰਕ ਸਾਹਿਬ ਕਿੰਨੇ ਅਰਸੇ ਤੋਂ ਇੱਥੇ ਡਿਊਟੀ ਕਰ ਰਹੇ ਹੋ? ਸੱਤਾਂ ਮਹੀਨਿਆਂ ਤੋਂ। ਇਹ ਮਾਸ਼ਾਅੱਲਾ ਤੁਹਾਡੇ ਹੱਥ ਦੇ ਨੇ ਸਾਰੇ ਮੈਰੀ ਗੋਲਡ ਲੱਗੇ ਦੇ? ਮਾਸ਼ਾਅੱਲਾ ਜੀ ਬਹੁਤ ਪਿਆਰਾ ਨਿਜ਼ਾਮ ਤੁਹਾਨੂੰ ਬਣਾ ਤਾ। ਇੱਕ ਸਾਲ ਪਹਿਲੇ ਮੈਂ ਇੱਥੋਂ ਦੀ ਵੀਡੀਓ ਬਣਾਈ ਸੀ, ਅਤੇ ਉਦੋਂ ਬੇਰੌਣਕੀ ਜੀ ਸੀ, ਲੇਕਿਨ ਅੱਜ ਆਏ ਹਾਂ ਅਤੇ ਆਪਣੇ ਵਸੀਮ ਭਾਈ ਨੇ ਦੱਸਿਆ ਕਿ ਭਾਈ ਜੀ ਆ ਦੇਖੋ ਇਹ ਸਾਡੇ ਤਾਰਕ ਭਾਈ ਨੇ, ਉਹਨਾਂ ਦੀ ਮੁਹੱਬਤ ਹੈ ਕਿ ਉਹਨਾਂ ਨੇ ਪਾਰਕ ਦੀ ਜਿਹੜੀ ਉਹਨਾਂ ਟੌਰ ਕੱਢ ਛੱਡੀ ਹੈ। ਖਿਦਮਤ ਕਰਦੇ ਪੈਣ ਦਿਨ ਰਾਤ, ਇਸ ਲਈ ਨੀਂਦ ਵੀ ਪੂਰੀ ਨਹੀਂ ਹੁੰਦੀ, ਅਤੇ ਬਹੁਤ ਅੱਛੀ ਗੱਲ ਆ ਜੀ। ਔਰ ਇਹ ਮੋਟਰ ਲੱਗੀ ਦੀ ਜਿੱਥੇ ਵਸੀਮ ਭਾਈ ਅਪਰੇਟ ਕਰਦੇ ਨੇ, ਪੂਰੇ ਕਿਲ੍ਹਾ ਅਹਿਮਦਾਬਾਦ 'ਚ ਪਾਣੀ ਜਾਂਦਾ, ਦੋ ਨੇ ਕਿਲ੍ਹਾ ਅਹਿਮਦਾਬਾਦ 'ਚ ਮੋਟਰਾਂ ਲੱਗੀਆਂ, ਦੋਨੋਂ ਹੀ ਤਿੰਨ ਨੇ, ਤਿੰਨ ਵਸੀਮ ਭਾਈ ਕਹਿੰਦੇ ਤਿੰਨ, ਤਾਂ ਤਿੰਨੋਂ ਹੀ ਤੁਹਾਡੇ ਅੰਡਰ 'ਚ ਨਹੀਂ ਆ ਲੱਗਦਾ? ਅੱਛਾ ਇਹ ਤੁਹਾਡੇ ਅੰਡਰ 'ਚ, ਇਹ ਨੁਨਾਰ ਰੋਡ 'ਤੇ ਕਿਲ੍ਹਾ ਅਹਿਮਦਾਬਾਦ ਨੁਨਾਰ ਰੋਡ 'ਤੇ ਪਾਰਕ ਆ ਚਿਲਡਰਨ ਪਾਰਕ। ਪਾਰਕ ਬਹੁਤ ਜ਼ਬਰਦਸਤ ਬਣਾਤੀ ਹੈ, ਲੇਕਿਨ ਜੀ ਲੱਗਦਾ ਨਾ ਮਸ਼ੀਨ ਨਹੀਂ ਇਹਨਾਂ ਕੋਲ। ਪੁੱਛਦੇ ਤਾਰਕ ਭਾਈ ਨੂੰ ਕਿ ਤਾਰਕ ਭਾਈ ਘਾਹ ਕੱਟਣ ਵਾਲੀ ਮਸ਼ੀਨ ਨਹੀਂ ਮਿਲੀ ਤੁਹਾਨੂੰ ਅਜੇ? ਅਜੇ ਖਰਾਬ ਤੇ ਆਪਣੇ ਅਫਸਰਾਂ ਨੂੰ ਕਹੋ ਨਾ ਕਿ ਸਹੀ ਕਰਕੇ ਦਿਓ, ਮਸ਼ੀਨ ਨਾਲ ਇਸ ਘਾਹ ਦੀ ਕਟਿੰਗ ਹੋਏਗੀ ਅਤੇ ਇੱਕ ਬਹੁਤੀ ਟੌਰ ਨਿਕਲਾਉਣੀ ਹੈ ਤੁਹਾਡੀ ਪਾਰਕ ਦੀ। ਹੁਣ ਜਿਸ ਤਰ੍ਹਾਂ ਕਿ ਦੇਖੋ ਤੁਸੀਂ ਹੱਥ ਨਾਲ ਵੱਢਿਆ ਦਾ ਘਾਹ, ਅਤੇ ਕਿਸ ਤਰ੍ਹਾਂ ਦਾ ਲੱਗਦਾ ਪਿਆ, ਅਤੇ ਇਹੀ ਆਪਣੇ ਘਾਹ ਜਦੋਂ ਮਸ਼ੀਨ ਨਾਲ ਕਟਾਈ ਹੋਏਗਾ ਤਾਂ ਇੱਕ ਲੈਵਲ ਦਾ ਹੋਏਗਾ ਫਿਰ ਸਾਰਾ ਹੀ। ਅਤੇ ਬਾਕੀ ਅਸੀਂ ਵੀ ਆਪਣੀ ਅਗਰ ਸਾਡੀ ਵੀਡੀਓ ਤੁਹਾਡੇ ਅਫਸਰਾਂ ਦੀ ਨਜ਼ਰ ਅੱਗੋਂ ਦੀ ਗੁਜ਼ਰਦੀ ਹੈ ਤਾਂ ਭਾਈ ਗੁਜ਼ਾਰਿਸ਼ ਹੈ ਸਰ ਤੁਹਾਡੇ ਅੱਗੇ ਕਿ ਸਾਡੇ ਤਾਰਕ ਭਾਈ ਨੂੰ ਮਸ਼ੀਨ ਪਹੁੰਚਾਓ ਸਹੀ ਕਰਾ ਕੇ, ਤਾਂ ਕਿ ਅੱਛੀ ਤਰ੍ਹਾਂ ਇਹਦੀ ਜਿਹੜੀ ਹੈ ਨਾ ਕਟਾਈ ਹੋਏ, ਅਤੇ ਇੱਕ ਲੈਵਲ ਦੀ ਜਿਹੜੀ ਹੈ ਨਾ ਆਪਣੇ ਘਾਹ ਦੀ ਆਪਣੇ ਕਟਾਈ ਹੋਏਗੀ ਨਾ, ਇੱਕ ਲੈਵਲ ਦੀ ਕਟਾਈ ਹੋਏਗੀ ਅਤੇ ਬਹੁਤ ਖੂਬਸੂਰਤ ਲੱਗੇਗਾ। ਪਸੂਰੀ ਮਹੱਲੇ 'ਚ ਜੀ ਇੱਧਰ ਆਪਣੇ ਆਇਆ ਸੀ ਮੈਂ ਮਾਰਕੀਟਿੰਗ ਕਰਨ, ਤਾਂ ਦੁਕਾਨ ਬੰਦ ਆ, ਲੱਗ ਗਏ ਆਪਣੇ ਵੀਰ ਆ ਛੋਟਾ ਪਕੌੜਿਆਂ ਦੀ ਦੁਕਾਨ ਆ। ਵੀਰ ਜੀ ਕੀ ਹਾਲ ਆ ਤੁਹਾਡਾ? ਠੀਕ ਹੋ? ਕੀ ਨਾਮ ਆਪਣਾ? ਫਰਾਨ। ਫਰਾਨ ਭਾਈ ਪਕੌੜੇ ਕਿਸ ਤਰ੍ਹਾਂ ਨੇ ਪਾਈਆ? 150 ਰੁਪਏ ਪਾਈਆ। ਚੱਲ ਭਾਈ ਅਸੀਂ ਮਾੜੇ ਬੰਦੇ ਹਾਂ, ਤੂੰ 50 ਰੁਪਏ ਦੇ ਨਾ ਪਲੇਟ 'ਚ ਪਾ ਕੇ ਰੱਖ, ਮੈਂ ਜ਼ਰਾ ਇਸ ਸਾਈਡ ਤੋਂ ਦੇਖ ਕੇ ਆ ਗੋਲਿਆਂ ਵਾਲੇ ਨੂੰ।
ਇੱਧਰ ਗੋਲੇ ਵੀ ਸੇਲ ਹੋ ਰਹੇ ਨੇ ਇਹ ਦੇਖੋ ਜੀ ਗੋਲਿਆਂ ਲਈ ਰੇਹੜੀ ਵੀ ਹੈ ਮੇਰਾ ਤਾਂ ਦਿਲ ਕਰਦਾ ਪਿਆ ਕਿ ਪਕੌੜਿਆਂ ਤੋਂ ਬਾਅਦ ਗੋਲਾ ਖਾਧਾ ਜਾਏ ਭਾਅ ਜੀ ਸਲਾਮ ਅਲੈਕਮ ਵੀਰ ਜੀ ਕੀ ਹਾਲ ਹੈ ਠੀਕ ਠਾਕ ਜੀ ਭਾਅ ਜੀ ਗੋਲਾ ਕਿੰਨੇ ਦਾ ਦੇ ਰਹੇ ਹੋ ਦਸ ਰੁਪਏ ਦਾ ਵੀਹ ਰੁਪਏ ਦਾ ਪੰਜਾਹ ਰੁਪਏ ਦਾ ਵੀ ਬਾਕੀ ਸਾਰੀ ਉਹ ਕੀ ਹੈ ਸਕਰੀਨ ਹੈ ਅੱਛਾ ਅੱਛਾ ਤੇ ਜੇ ਅਸੀਂ ਪਕੌੜਿਆਂ ਤੋਂ ਬਾਅਦ ਅਸੀਂ ਗੋਲਾ ਖਾ ਸਕਦੇ ਅੱਛਾ ਪੇਟ ਤਾਂ ਨਹੀਂ ਖਰਾਬ ਹੋਏਗਾ ਚਲੋ ਜੀ ਅਸੀਂ ਪਕੌੜੇ ਖਾ ਲਈਏ ਅੱਛਾ ਚਲੋ ਪਕੌੜੇ ਖਾ ਲਈਏ ਫਿਰ ਗੋਲਾ ਵੀ ਤੁਹਾਡਾ ਟੇਸਟ ਕਰਨੇ ਵੀਰ ਜੀ ਪਾਤੇ ਨੇ ਪਕੌੜੇ ਆਪਣੇ ਵੀਰ ਨੇ ਜੀ ਪਕੌੜੇ ਪਾਤੇ ਪਲੇਟ 'ਚ ਆਇਆ ਪੰਜਾਹ ਰੁਪਏ ਦੇ ਪਕੌੜੇ ਆਏ ਜੇ ਆ ਵੀਰ ਨੇ ਬੜੀ ਮੁਹੱਬਤ ਕੀਤੀ ਹੈ ਅਤੇ ਬੱਚਾ ਟਿੱਕੀ ਮੰਗਦਾ ਪਿਆ ਟਿੱਕੀ ਦਿਓ ਭਾਜੀ ਟਿੱਕੀ ਕਿੰਨੇ ਦੀ ਹੈ ਵੀਹ ਰੁਪਏ ਦੀ ਟਿੱਕੀ ਆਹ ਦੇਖੋ ਜੀ ਕਿਲਾ ਅਹਿਮਦਾਬਾਦ 'ਚ ਵੀਹ ਰੁਪਏ ਦੀ ਪਸਰੂਰੀ ਮਹੱਲੇ 'ਚ ਵੀਹ ਰੁਪਏ ਦੀ ਟਿੱਕੀ ਵਿਕਦੀ ਪਈ ਹੈ ਵਾਹ ਜੀ ਵਾਹ ਬੜੀ ਗੱਲ ਆ ਵੀਰ ਜੀ ਲਓ ਜੀ ਅਸੀਂ ਪਕੌੜੇ ਟੇਸਟੀ ਕਰੀਏ ਇਹਨਾਂ ਦੇ ਜ਼ਬਰਦਸਤ ਆ ਅੱਛੇ ਨੇ ਪਕੌੜੇ ਭਾਅ ਜੀ ਪਕੌੜੇ ਖਾ ਕੇ ਤੁਹਾਡੇ ਕੋਲ ਆ ਗਏ ਹਾਂ ਤੁਸੀਂ ਆਪਣਾ ਪੰਜਾਹ ਰੁਪਏ ਵਾਲਾ ਬਣਾਉਂਦੇ ਹੋ ਨਾ ਗੋਲਾ ਸਾਡੀ ਮਿਹਰਬਾਨੀ ਆ ਤੁਸੀਂ ਵੀਹਾਂ ਦਾ ਬਣਾ ਕੇ ਅਤੇ ਉਹੀ ਸ਼ਰਬਤ ਪਾ ਕੇ ਦੇਣਾ ਤੁਹਾਨੂੰ ਇਹ ਤੁਹਾਡੀ ਮੁਹੱਬਤ ਹੋਏਗੀ ਜ਼ਰਾ ਆਹ ਦੇਖੋ ਜੀ ਜ਼ਰਾ ਆਵਾਜ਼ ਲਾ ਕੇ ਵੀ ਦਿਖਾਇਓ ਨਾ ਜ਼ਰਾ ਆਵਾਜ਼ ਕਿਹੜੀ ਲਾਉਂਦੇ ਹੋ ਤੁਸੀਂ ਲਾਓ ਆਵਾਜ਼ ਦਿਓ ਇਹ ਸਾਰੇ ਛਾਪਰ 'ਚ ਪਾ ਕੇ ਦਿੰਦੇ ਹੋ ਤੁਸੀਂ ਹਾਂਜੀ ਗਲਾਸੀ ਦਾ ਵੀਹ ਰੁਪਏ ਦਾ ਚਲੋ ਸਾਨੂੰ ਗਲਾਸੀ 'ਚ ਪਾ ਦਿਓ ਮਿਹਰਬਾਨੀ ਸਰ ਲਓ ਜੀ ਵੀਰ ਦੀ ਮੁਹੱਬਤ ਆ ਕਿਹਾ ਜੀ ਕੋਲੀ ਵੀ ਤੁਹਾਨੂੰ ਥੋੜ੍ਹੀ ਜਿਹੀ ਵੱਡੀ ਲਾ ਦੀ ਹੈ ਕਿੰਨੀ ਕੁ ਵੱਡੀ ਹੈ ਜੀ ਨਹੀਂ ਮਸਾਂ ਇਹ ਕਿਹੜੀ ਕਿੰਨੇ ਦੀ ਦਿੰਦੇ ਹੋ ਨਹੀਂ ਇਹ ਤੀਹ ਰੁਪਏ ਦੀ ਅੱਛਾ ਚਲੋ ਜੀ ਮਿਹਰਬਾਨੀ ਹੈ ਤੁਹਾਡੀ ਅਤੇ ਬਸ ਇਹ ਵੀਹ ਰੁਪਏ ਦਾ ਗੋਲਾ ਦਿੱਤਾ ਕੋਲੀ ਵੱਡੀ ਲਾ ਲਈ ਹੈ ਅਤੇ ਬਰਫ਼ ਘੱਟ ਗਿਆ ਨਹੀਂ ਨਹੀਂ ਮੈਂ ਵੈਸੇ ਹੀ ਸਰ ਗੱਲ ਅੱਛਾ ਅੱਛਾ ਜ਼ਬਰਦਸਤ ਹੋ ਗਿਆ ਜੀ ਉਹਨਾਂ ਨੇ ਕਿਹਾ ਜੀ ਸ਼ਰਬਤ ਸ਼ਰਬਤ ਮਿਕਸ ਕਰਨੇ ਪਿਆ ਅਤੇ ਫਿਰ ਆਈਏ ਬਰਫ਼ ਪਾਣੀ ਉੱਪਰ ਡਬਲ ਕੋਟ ਕਰਨਾ ਹੈ ਭਾਈ ਗੱਲ ਸਹੀ ਕਰਦੇ ਨਾ ਤੁਸੀਂ ਗੁੱਸੇ 'ਚ ਆ ਜਾਂਦੇ ਹੋ ਬੜੀ ਜਲਦੀ ਕਿਤੇ ਰਾਜਪੂਤ ਨਹੀਂ ਹੁੰਦੇ ਅੱਛਾ ਜੀ ਘੁਮਿਆਰ ਤਾਂ ਨਹੀਂ ਇੰਨੇ ਗੁੱਸੇ ਜਾਂਦੇ ਜੀ ਆਹ ਵੀਰ ਨੇ ਸਾਡੇ ਆ ਕੇ ਨਹੀਂ ਲੱਗਦਾ ਇਹ ਰਾਜਪੂਤ ਤਾਂ ਨਹੀਂ ਕਿਤੇ ਤੁਸੀਂ ਵੀਰ ਜੀ ਰਾਜਪੂਤ ਨਹੀਂ ਤੁਸੀਂ ਰਾਜਪੂਤ ਹੋ ਚਲੋ ਜੇ ਤੁਹਾਨੂੰ ਗੁੱਸਾ ਲੱਗਾ ਤੇ ਮਾਰ ਅੱਛਾ ਜੀ ਆਹ ਦੇਖੋ ਜੀ ਫਸਟ ਕਲਾਸ ਗੋਲਾ ਤਿਆਰ ਕਰਕੇ ਦੇਣ ਲੱਗੇ ਨੇ ਵੀਰ ਆਪਣੇ ਕਹਿੰਦੇ ਤੀਹ ਰੁਪਏ ਵਾਲਾ ਗੋਲਾ ਤੁਹਾਨੂੰ ਵੀਹ ਰੁਪਏ ਜਿਹੜਾ ਸ਼ਰਬਤ ਤੋਂ ਹੀ ਜਿਹੜਾ ਕਹਿੰਦੇ ਪੰਜਾਹ ਵਾਲੇ ਗੋਲੇ ਦੇ ਪਾ ਕੇ ਦੇਣੇ ਉਹ ਨਹੀਂ ਪਾ ਅੱਛਾ ਪਹਿਲੇ ਉਹ ਪਾ ਤਾ ਜ਼ਬਰਦਸਤ ਭਾਅ ਜੀ ਭਾਈ ਭਾਈ ਹੁਣ ਗੁੱਸੇ ਵਾਲੇ ਬੜੇ ਲੱਗਦੇ ਨੇ ਬੜੇ ਘੂਰ ਕੇ ਤੱਕਦੇ ਨੇ ਭਾਅ ਜੀ ਮੁਹੱਬਤ ਕਰਿਆ ਕਰੋ ਜ਼ਰਾ ਕੋਈ ਗੱਲ ਨਹੀਂ ਜ਼ਰਾ ਤੁਹਾਡੇ ਨਾਲ ਹੱਸ ਖੇਡ ਲਈਦਾ ਆਹ ਦੇਖੋ ਜੀ ਕਿੱਡਾ ਬਿਹਤਰੀਨ ਗੋਲਾ ਤਿਆਰ ਕੀਤਾ ਜਿਹੜੇ ਪਸਰੂਰੀ ਮਹੱਲੇ ਦੇ ਅਹਿਲੇ ਇਲਾਕਾ ਕਿਲਾ ਅਹਿਮਦਾਬਾਦ ਨੇ ਭਾਈ ਆ ਜਿੱਥੇ ਵੀ ਰੇਹੜੀ ਫੇਰਦਾ ਫੁਰਦਾ ਤੁਹਾਨੂੰ ਲੱਭੇ ਇਹਦੇ ਕੋਲੋਂ ਜ਼ਰੂਰ ਗੋਲਾ ਖਾਇਓ ਬੜੇ ਜ਼ਬਰਦਸਤ ਬੜਾ ਮਜ਼ਾ ਬੜੇ ਮਜ਼ੇਦਾਰ ਗੋਲੇ ਬਣਾਉਂਦਾ ਜੀ ਵੈਸੇ ਥੋੜ੍ਹਾ ਜਿਹਾ ਗੁੱਸਾ ਆ ਬਾਕੀ ਠੀਕ ਹੈ ਕਿਲਾ ਅਹਿਮਦਾਬਾਦ ਦਾ ਜੀ ਮੇਨ ਬਾਜ਼ਾਰ ਆ ਔਰ ਅਸੀਂ ਜਾ ਰਹੇ ਹਾਂ ਰੇਲਵੇ ਸਟੇਸ਼ਨ ਵਾਲੀ ਸਾਈਡ 'ਤੇ ਕਿਲਾ ਅਹਿਮਦਾਬਾਦ ਦਾ ਮੇਨ ਰੋਡ ਹੈ ਨਾਰਵਲ ਤੋਂ ਪਸਰੂਰ ਰੋਡ ਨਾਰਵਲ ਇਸ ਸਾਈਡ 'ਤੇ ਆ ਔਰ ਪਸਰੂਰ ਇਸ ਸਾਈਡ 'ਤੇ ਆ ਜੀ ਪਸਰੂਰ ਇਸ ਸਾਈਡ 'ਤੇ ਇਹ ਲਾਲੇ ਵਾਲੀ ਸਾਈਡ ਨੂੰ ਚੱਲ ਜਾਂਦਾ ਰੋਡ ਔਰ ਇਹ ਸਾਹਮਣੇ ਨੁਨਾਰ ਰੋਡ ਆ ਅਸੀਂ ਜਾ ਰਹੇ ਹਾਂ ਨੁਨਾਰ ਰੋਡ 'ਤੇ ਇੱਧਰ ਆਪਣੇ ਸਟੇਸ਼ਨ ਆ ਸਟੇਸ਼ਨ ਵੱਲ ਜਾ ਕੇ ਅਤੇ ਤੁਹਾਨੂੰ ਥੋੜ੍ਹਾ ਜਿਹਾ ਵਿਜ਼ਿਟ ਕਰਵਾਉਂਦੇ ਹਾਂ ਪੁਰਾਣਾ ਨਾਮ ਕਿਲ੍ਹਾ ਸੋਭਾ ਸਿੰਘ ਆ ਇਸ ਟਾਈਮ 'ਤੇ ਕਿਲ੍ਹਾ ਅਹਿਮਦਾਬਾਦ ਅਖਵਾਉਂਦਾ ਲੇਕਿਨ ਪੁਰਾਣਾ ਨਾਮ ਕਿਲ੍ਹਾ ਸੋਭਾ ਸਿੰਘ ਸੀ ਜਿਹਨੂੰ ਤਬਦੀਲ ਕਰਕੇ ਕਿਲ੍ਹਾ ਅਹਿਮਦਾਬਾਦ ਰੱਖਿਆ ਗਿਆ ਔਰ ਵਸੀਮ ਭਾਈ ਸਾਨੂੰ ਲੈ ਆਏ ਨੇ ਸਟੇਸ਼ਨ 'ਤੇ ਜੀ ਇਹ ਕਿਲ੍ਹਾ ਅਹਿਮਦਾਬਾਦ ਦਾ ਰੇਲਵੇ ਸਟੇਸ਼ਨ ਆ ਇਸ ਸਾਈਡ 'ਤੇ ਟਿਕਟ ਘਰ ਹੈ ਜੀ ਜੀ ਉਹ ਕਿਰਾਏ ਵਾਲੀ ਲਿਸਟ ਆ ਉਸ ਸਾਈਡ 'ਤੇ ਟ੍ਰੇਨ ਇੱਕ ਆਉਂਦੀ ਹੈ ਵਸੀਮ ਭਾਈ ਕਿ ਦੋ ਆ ਰਹੀਆਂ ਨੇ ਦੋ ਟ੍ਰੇਨਾਂ ਆਉਂਦੀਆਂ ਨੇ ਕਦੇ ਸੁਣਿਆ ਆਪਣੇ ਵੱਡਿਆਂ ਕੋਲੋਂ ਕਿ 22-23 ਟ੍ਰੇਨਾਂ ਆਉਂਦੀਆਂ ਰਹੀਆਂ ਨੇ ਜ਼ਿਲ੍ਹਾ ਨਾਰਵਲ ਨੂੰ ਔਰ ਸਾਹਮਣੇ ਮਦਰੱਸਾ ਆ ਤੁਹਾਨੂੰ ਕਲੋਜ਼ ਕਰਕੇ ਦਿਖਾਉਣਾ ਜ਼ਰਾ ਸਾਡੇ ਨਾਲ ਬੜੀ ਮੁਹੱਬਤ ਕਰਨ ਵਾਲੇ ਵੀਰ ਸਾਡੇ ਸਿੰਧ ਵਾਲੀ ਸਾਈਡ ਤੋਂ ਵੀ ਇਸ ਮਦਰੱਸੇ 'ਚ ਆਉਂਦੇ ਨੇ ਆਪਣੇ ਤਬਲੀਗ ਦੇ ਸਿਲਸਿਲੇ 'ਚ ਔਰ
ਇੱਕ ਦਫ਼ਾ ਤਾਂ ਵਸੀਮ ਭਾਈ ਉਹਨਾਂ ਨੇ ਮਿਲਣ ਦੀ ਖੁਆਇਸ਼ ਵੀ ਕੀਤੀ, ਲੇਕਿਨ ਅਸੀਂ ਸਾਡੀ ਮੁਲਾਕਾਤ ਹੀ ਨਹੀਂ ਹੋ ਸਕੀ ਉਹਨਾਂ ਨਾਲ। ਅੱਗੇ ਆਪਣੇ ਪਸਰੂਰ ਵਾਲੀ ਸਾਈਡ ਨੂੰ ਜਾਂਦੀ ਹੈ ਟ੍ਰੇਨ, ਅੱਗੇ ਪਸਰੂਰ ਸਟੇਸ਼ਨ ਹੈ, ਇਸ ਤੋਂ ਅੱਗੇ ਉਹ ਸਾਹਮਣੇ ਰੇਲਵੇ ਦੇ। ਅੱਛਾ, ਇਹ ਹਸਪਤਾਲ ਹੈ ਕਿਲਾ ਅਹਿਮਦਾਬਾਦ ਦਾ, ਸਾਹਮਣੇ ਆ ਕਿਲਾ ਅਹਿਮਦਾਬਾਦ ਦਾ ਹੋਸਪਿਟਲ ਹੈ ਜੀ। ਅਤੇ ਇਹ ਆਪਣੇ ਜਿਹੜੇ ਕੁਆਟਰ ਵਗੈਰਾ ਨੇ ਇਸ ਸਾਈਡ 'ਤੇ, ਰੇਲਵੇ ਦੇ ਕੁਆਟਰ ਨੇ। ਔਰ ਦੇਖੋ ਜੀ, ਆਈਏ ਤੱਕ ਨਾ ਨਾਮ ਸਟੇਸ਼ਨ 'ਤੇ ਚੇਂਜ ਨਹੀਂ ਕੀਤਾ ਵਾ, ਬਾਕੀ ਅਗਰ ਤੁਸੀਂ ਬਾਜ਼ਾਰ ਵਾਲੀ ਸਾਈਡ 'ਤੇ ਜਾਂਦੇ ਹੋ ਅਤੇ ਉੱਧਰ ਕਿਲਾ ਅਹਿਮਦਾਬਾਦ ਬੋਰਡ ਵਗੈਰਾ 'ਤੇ ਲਿਖਿਆ ਹੁੰਦਾ, ਲੇਕਿਨ ਸਟੇਸ਼ਨ 'ਤੇ ਆਈਏ ਵੀ ਕਿਲਾ ਸੁਭਾ ਸਿੰਘ ਹੀ ਚੱਲਦਾ, ਦਰਸ 'ਤੇ ਵੀ ਕਿਲਾ ਅਹਿਮਦਾਬਾਦ ਲਿਖਿਆ, ਲੇਕਿਨ ਸਟੇਸ਼ਨ ਇੱਕ ਸਮਝ ਲਓ ਕਿ ਪੁਰਾਣਾ ਇਹਨਾਂ ਦੇ, ਉਹਨਾਂ ਨੇ ਕਿਹਾ ਜੀ ਸਟੇਸ਼ਨ 'ਤੇ ਕਿਲਾ ਸੁਭਾ ਸਿੰਘ ਹੀ, ਅਜੇ ਤੱਕ ਉਹਨਾਂ ਨੇ ਨਾਮ ਨਹੀਂ ਚੇਂਜ ਕੀਤਾ। ਬਹੁਤ ਸਾਰੇ ਸਾਡੇ ਵੀਰ ਕਹਿੰਦੇ ਸੀ ਯਾਰ ਕਿਲਾ ਅਹਿਮਦਾਬਾਦ ਜਾਏਗਾ ਅਤੇ ਯਾਰ ਸਾਡੇ ਨਾਲ ਵਲੌਗ ਸ਼ੇਅਰ ਕਰਨਾ, ਅਤੇ ਬਾਈ ਜੀ ਅੱਜ ਕਿਲਾ ਅਹਿਮਦਾਬਾਦ, ਉਮੀਦ ਕਰਦੇ ਹਾਂ ਕਿ ਤੁਹਾਨੂੰ ਕਿਲਾ ਅਹਿਮਦਾਬਾਦ ਦਾ ਵਲੌਗ ਅੱਛਾ ਲੱਗਾ ਹੋਏਗਾ। ਅਤੇ ਵਸੀਮ ਭਾਈ ਦੀ ਮੁਹੱਬਤ ਹੈ ਕਿ ਜਿਹਨਾਂ ਸਾਨੂੰ ਛੋਟਾ ਮੋਟਾ ਵਿਜ਼ਿਟ ਕਰਵਾ ਛੱਡਦੇ ਨੇ, ਅਤੇ ਅੱਲਾਹ ਤਾਲਾ ਇਹਨਾਂ ਨੂੰ ਖੁਸ਼ ਰੱਖੇ, ਅਤੇ ਜਿਹੜੇ ਸਾਡੇ ਪਰਦੇਸੀ ਭਰਾ ਨੇ ਕਿਸੇ ਵੀ ਪਰੇਸ਼ਾਨੀ 'ਚ ਨਾ ਅੱਲਾਹ ਤਾਲਾ ਉਹਨਾਂ ਦੀ ਪਰੇਸ਼ਾਨੀ ਨੂੰ ਦੂਰ ਫਰਮਾਏ, ਅਤੇ ਜਿਹੜੇ ਲੋਕ ਸਾਡੇ ਵੀਰ ਸਾਡੇ ਭੈਣ ਭਰਾ ਔਲਾਦ ਤੋਂ ਮਹਿਰੂਮ ਨੇ, ਅੱਲਾਹ ਤਾਲਾ ਉਹਨਾਂ ਨੂੰ ਸਾਬੇ ਔਲਾਦ ਨੇਕ ਸਾਲ ਔਲਾਦ ਜਿਹੜੀ ਉਹਨਾਂ ਅੱਲਾਹ ਤਾਲਾ ਦੇ, ਅਤੇ ਅੱਲਾਹ ਤਾਲਾ ਤੁਹਾਨੂੰ ਜ਼ਿੰਦਗੀ ਦੇ ਹਰ ਨੇਕ ਮਕਸਦ 'ਚ ਕਾਮਯਾਬ ਕਰੇ। ਆਪਣੇ ਕਿਲਾ ਅਹਿਮਦਾਬਾਦ ਸਟੇਸ਼ਨ 'ਤੇ ਆਪਣੇ ਵਸੀਮ ਭਾਈ ਨਾਲ ਆਪਣੇ ਤਨਵੀਰ ਖਾਨ ਕਾਵਸ਼ ਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।